ਉਹਨਾਂ ਨੇ ਕੋਈ ਠੋਸ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਮੁਆਵਜ਼ੇ ਦੀ, ਮੁਆਵਜ਼ੇ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ। ਮੇਨ ਤਾਂ ਸਾਡੀ ਇਹੋ ਜਿਹਾ ਮੰਗ ਕਿ ਮੁਆਵਜ਼ਾ ਸਾਨੂੰ ਜਿਹੜਾ ਅਤੇ ਸਾਡੀਆਂ ਤਾਂ ਜ਼ਮੀਨਾਂ ਹੁਣ ਦੋ ਦੋ ਤਿੰਨ ਤਿੰਨ ਕਿੱਲੇ ਦੇ ਵਾਲੇ ਜ਼ਮੀਨ ਨੇ ਜਿਹੜੇ, ਉਹ ਵੀ ਸਾਰੀਆਂ ਖੋਹੀਆਂ ਗਈਆਂ, ਕੁਝ ਕੋਰੀਡੋਰ 'ਚ ਆ ਜਾਣੀਆਂ ਨੇ, ਕੁਝ ਇਹਦੇ ਵਿੱਚ ਰਿਕਵਾਇਰ ਹੋ ਜਾਣੀਆਂ ਨੇ। ਅਤੇ ਜੇ ਸਾਡੀਆਂ ਜ਼ਮੀਨਾਂ ਸਾਰੀਆਂ ਖੁੱਸ ਗਈਆਂ ਤਾਂ ਸਾਡੇ ਅਸੀਂ ਬੱਚੇ ਗਾੜੀਆਂ ਕਿੱਥੋਂ ਪਾਲਣੇ ਆ? ਅੱਜ ਲਾਗੇ ਪਿੰਡ ਆ, ਉਹ ਇੱਕ ਬੰਦੇ ਢਾਈ ਕਿੱਲੇ ਪਿੰਡ ਢਾਈ ਵਿੱਚ ਆ ਗਈ, ਉੱਦਣ ਦਾ ਉਹ ਅਟੈਕ ਹੋ ਕੇ ਬਚਦੇ ਪਿਆ। ਅਸੀਂ ਤਾਂ ਕਹਿੰਦੇ ਸਾਨੂੰ ਵੱਧ ਤੋਂ ਵੱਧ ਜਿੰਨਾ ਮਿਲੇ ਅਤੇ ਕੋਈ ਗੱਲ ਨਹੀਂ, ਅਸੀਂ ਡੱਟਦੇ ਕੋਈ ਨਹੀਂ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿੱਥੇ ਸਰਕਾਰਾਂ ਪੱਬਾਂ ਭਾਰ ਨੇ, ਉੱਥੇ ਹੀ ਕਿਸਾਨਾਂ ਕੋਲੋਂ ਜ਼ਮੀਨ ਅਕਵਾਇਰ ਕਰਨ ਦੀ ਵੀ ਜਿਹੜੀ ਰਵਾਇਤ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਡੇਰਾ ਬਾਬਾ ਨਾਨਕ ਪਹੁੰਚੇ ਹੋਏ ਹਾਂ, ਕਿਸਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀਆਂ ਪੈਲੀਆਂ ਨੇ ਉੱਥੇ, ਗੱਲਬਾਤ ਕਰਦੇ ਹਾਂ ਉਹਨਾਂ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਜ਼ਮੀਨ ਹੈ ਅਕਵਾਇਰ ਕਰਨ ਦੀ ਜਿਹੜੀ ਆ ਕੀਤੀ ਜਾ ਰਹੀ ਹੈ, ਕੀ ਰੇਟ ਦਿੱਤੇ ਜਾ ਰਹੇ ਨੇ, ਕਿਉਂਕਿ ਅੱਜ ਜਿਹੜਾ ਸੀਗਾ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਵੀ ਕੀਤਾ ਗਿਆ ਸੀਗਾ। ਭਾਅ ਜੀ ਕੀ ਨਾਮ ਹੈ ਤੁਹਾਡਾ? ਸੁਭਾ ਸਿੰਘ ਜੀ। ਸੁਭਾ ਸਿੰਘ ਜੀ, ਜਿਹੜੀ ਇਹ ਜ਼ਮੀਨ ਅਕਵਾਇਰ ਕਰਨ ਦੀ ਜਿਹੜੀ ਹੈਗੀ ਸੀਗੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ? ਸਰ ਅੱਜ ਪ੍ਰਸ਼ਾਸਨ ਪੁਲਿਸ ਨੂੰ ਲੈ ਕੇ ਨੈਸ਼ਨਲ ਹਾਈਵੇ ਬਾਰੇ ਜਿਹੜੇ ਉਹ ਜ਼ਮੀਨ ਅਕਵਾਇਰ ਕਰਨ ਆ ਰਹੇ ਸੀ, ਉਹਦੇ ਵਿੱਚ ਉਹ ਆਪਣੇ ਪਿੱਲਰ ਖੜ੍ਹੇ ਕਰ ਰਹੇ ਸੀ ਪਰ ਕਿਸਾਨਾਂ ਨੇ ਰੋਕ ਦਿੱਤਾ। ਰੀਜ਼ਨ ਕੀ ਆ ਜੀ ਕਿਸਾਨਾਂ ਵੱਲੋਂ ਰੋਕਣ ਦਾ? ਕਿਸਾਨਾਂ ਨੂੰ ਕੁਛ ਉਹਦਾ ਮੁਆਵਜ਼ਾ ਨਹੀਂ ਅੱਜ ਤੱਕ ਦੱਸਿਆ ਜਾ ਰਿਹਾ ਵੀ ਕੀ ਮੁਆਵਜ਼ਾ ਤੁਹਾਨੂੰ ਦੇਣਾ ਸਰਕਾਰ। ਅਤੇ ਕਿਆ ਲੱਗਦਾ ਹੈ ਕਿ ਤੁਹਾਨੂੰ ਜਾਇਜ਼ ਮੁਆਵਜ਼ਾ ਜਿਹੜਾ ਹੈ ਉਹ ਮਿਲਣਾ ਚਾਹੀਦਾ ਤਾਂ ਜੋ ਇਹ ਕਰਤਾਰਪੁਰ ਦੀ ਜਿਹੜੀ ਲੰਮੇ ਚਿਰ ਤੋਂ ਮੰਗ ਸੀਗੀ ਉਹ ਜਿਹੜੀ ਆ ਸਿੱਖ ਕੌਮ ਵਾਸਤੇ ਪੂਰੀ ਹੋ ਸਕੇ? ਹਾਂਜੀ ਸਰ, ਸਾਨੂੰ ਇਹਦਾ ਲੱਗਦਾ ਵੀ ਜਾਇਜ਼ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਵਾ, ਕਿਉਂਕਿ ਜਿਹੜੀ ਕਰਤਾਰਪੁਰ ਸਾਹਿਬ ਲਾਂਘਾ ਲੰਘ ਰਿਹਾ ਗੁਰੂ ਨਾਨਕ ਦੇਵ ਜੀ ਦੇ ਆਪਣੇ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ, ਇਹਦੇ ਨਾਲ ਸਿੱਖ ਜਗਤ ਦੀਆਂ, ਸਾਰੇ ਜਗਤ ਦੀਆਂ, ਸਿੱਖ ਨਹੀਂ ਮੈਂ ਕਹਿ ਸਕਦਾ ਵੀ ਸਾਰੇ ਵਰਗ ਦੀਆਂ ਵਰਨ ਦੀਆਂ ਭਾਵਨਾਵਾਂ ਜੁੜੀਆਂ ਪਈਆਂ ਨੇ। ਇਹਦੇ ਕਰਕੇ ਜੇ ਆਪਾਂ ਲਾਂਘਾ ਖੋਲ੍ਹ ਰਹੇ ਹਾਂ ਅਰਦਾਸਾਂ ਸਾਡੀਆਂ ਪੂਰੀਆਂ ਹੋਈਆਂ ਵੀ ਕਿਸਾਨ ਵੀ ਨਿਰਾਸ਼ ਨਾ ਕੀਤੇ ਜਾਣ, ਕਿਸਾਨਾਂ ਨੂੰ ਵੀ ਉਹਦਾ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਤੁਹਾਡੀ ਕਿੰਨੀ ਜ਼ਮੀਨ ਆ ਉਸ ਜਗ੍ਹਾ 'ਤੇ ਔਰ ਕੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਤੁਹਾਡੇ ਸਰਕਾਰ ਵੱਲੋਂ ਤੁਹਾਡੇ ਨਾਲ? ਮੇਰੀ 3.5 ਏਕੜ ਜ਼ਮੀਨ ਰਸਤੇ ਵਿੱਚ ਆ ਰਹੀ ਆ। ਸਰਕਾਰ ਨੇ ਪਹਿਲੇ ਇੱਕ ਦਿਨ 26 ਜਨਵਰੀ ਵਾਲੇ ਦਿਨ SDM ਸਾਹਿਬ ਅਤੇ ADC ਸਾਹਿਬ ਆਏ ਸੀ, ਉਹਨਾਂ ਨੇ 40 ਤੋਂ 60 ਲੱਖ ਰੁਪਈਆ ਮੁਆਵਜ਼ੇ ਦੀ ਔਫਰ ਰੱਖੀ ਸੀ ਜ਼ਿਮੀਂਦਾਰਾਂ ਅੱਗੇ, ਪਰ ਜ਼ਿਮੀਂਦਾਰਾਂ ਨੇ ਆਖਿਆ ਵੀ ਜੋ ਰਜਿਸਟਰੀਆਂ ਜੇ ਸਾਡੇ ਜਿਹਦੇ ਮੁਤਾਬਕ ਹੋਈਆਂ ਸਾਨੂੰ ਉਹਦੇ ਮੁਤਾਬਕ ਦਿੱਤਾ ਜਾਏ। ਹੁਣ ਬਾਅਦ 'ਚ SDM ਸਾਹਿਬ ਨੇ ਫਿਰ ਇੱਕ ਦਿਨ ਫਿਰ ਮੀਟਿੰਗ ਸੱਦੀ, ਉਹਦੇ ਨਾਲ 25 ਲੱਖ ਰੁਪਈਆ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਤੁਹਾਨੂੰ 25 ਲੱਖ ਰੁਪਈਆ ਦੇਵਾਂਗੇ। ਹੁਣ ਤੁਹਾਡੀ ਕੀ ਮੁੱਖ ਡਿਮਾਂਡਸ ਕੀ ਨੇ? ਸਾਡੇ ਮੁੱਖ ਡਿਮਾਂਡ ਸਾਡੀ ਇਹੋ ਹੀ ਨੇ ਵੀ ਸਾਨੂੰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਉਹ ਮੁਆਵਜ਼ਾ ਹਰਨਾ ਜਿਹੜਾ ਉਹ ਕੀਤਾ ਜਾਏ, ਤੈਅ ਕੀਤਾ ਜਾਏ ਕਿ ਸਾਡੀ ਜ਼ਮੀਨ 'ਤੇ ਕੰਮ ਸ਼ੁਰੂ ਕੀਤਾ ਜਾਏ। ਭਾਅ ਜੀ ਕੀ ਨਾਮ ਹੈ ਤੁਹਾਡਾ? ਵੀਰ ਕੁਲਵੰਤ ਸਿੰਘ। ਕੁਲਵੰਤ ਸਿੰਘ ਜੀ, ਤੁਹਾਡੀ ਜ਼ਮੀਨ ਕਿੰਨੀ ਹੈਗੀ ਹੈ ਜਿੱਥੇ ਰਸਤੇ 'ਤੇ ਆ? ਸਾਡੀ 3 ਕਿੱਲੇ ਆ ਰਹੀ ਹੈ। ਅਤੇ ਕੋਈ ਮੁਆਵਜ਼ੇ ਦੀ ਗੱਲ ਕੀਤੀ ਗਈ ਹੈ, ਜ਼ਮੀਨ ਅਕਵਾਇਰੀ ਦੀ ਜਿਹੜੀ ਗੱਲ ਸ਼ੁਰੂ ਕੀਤੀ ਜਾ ਰਹੀ ਹੈ? ਮੁਆਵਜ਼ੇ ਨਾਲ ਕੋਈ ਸਾਡੇ ਨਾਲ ਗੱਲ ਤੈਅ ਨਹੀਂ ਹੋਈ। ਕੱਲ੍ਹ SDM ਕੋਲ DC ਕੋਲ ਵੀ ਗਏ ਹਾਂ ਅਤੇ ਉਹਨਾਂ ਵੀ ਕੋਈ ਸਾਡੇ ਨਾਲ ਤੈਅ ਨਹੀਂ ਕੀਤੀ, ਬਸ ਇਹ ਹੁੰਦੇ ਤੁਹਾਨੂੰ ਦੇ ਦਾਂਗੇ, ਵੱਧ ਤੋਂ ਵੱਧ ਦੇ ਦਾਂਗੇ, ਇੰਨੀ ਗੱਲ ਕਰਦੇ। ਅਤੇ ਜਿਹੜਾ ਇੱਥੇ ਜਿਹੜਾ ਕਰਤਾਰਪੁਰ ਦੀ ਲਾਂਘੇ ਦੀ ਲੈ ਕੇ ਬੜੇ ਚਿਰ ਤੋਂ ਮੰਗ ਸੀਗੀ, ਹਾਂਜੀ, ਆਪਾਂ ਤੁਸੀਂ ਬਿਲਕੁਲ ਹੀ ਜਿਹੜਾ ਬਾਰਡਰ 'ਤੇ ਵੀ ਖੜ੍ਹੇ ਹੋ, ਕਿਆ ਲੱਗਦਾ ਕਿ ਤੁਹਾਡੀ ਜਿਹੜੀ ਜਾਇਜ਼ ਮੰਗਾਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ? ਹਾਂ, ਸਾਨੂੰ ਪੂਰਾ ਰੇਟ ਮਿਲੇ, ਜਿਸ ਤਰ੍ਹਾਂ ਤਰਨ ਤਾਰਨ ਦੇ ਇਲਾਕੇ 80-90 ਹਜ਼ਾਰ ਲੱਖ ਮਿਲਿਆ ਅਤੇ ਉਹ ਸਾਨੂੰ ਰੇਟ ਮਿਲੇ ਅਤੇ ਅਸੀਂ ਦੇਣ ਤਿਆਰ ਹਾਂ, ਤਾਂ ਲਾਂਘਾ 'ਚ ਕੋਈ ਦਿੱਕਤ ਨਹੀਂ ਅਸੀਂ ਕਰਦੇ। ਅਤੇ ਭਾਅ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਦੇਵ ਸਿੰਘ ਹੈ। ਤੁਹਾਡੀ ਕਿੰਨੀ ਇੱਕ ਜ਼ਮੀਨ ਹੈਗੀ ਹੈ? ਸਾਡੀ ਜ਼ਮੀਨ 2 ਕਿੱਲੇ ਆਉਂਦੀ ਹੈ। ਅਤੇ ਕੋਈ ਤੁਹਾਡੀ ਜਿਹੜੀ ਨਾਰਾਜ਼ਗੀ ਆ ਜੇ ਉਹ ਕੀ, ਕਿਉਂ ਨਾਰਾਜ਼ਗੀ ਆ ਜਿਹੜੀ? ਨਾਰਾਜ਼ਗੀ ਇਸ ਕਰਕੇ ਵੀ ਸਾਨੂੰ ਗੌਰਮੈਂਟ ਸਾਡਾ ਜਿਹੜਾ ਰੇਟ ਹੈ ਉਹ ਕੋਈ ਤੈਅ ਨਹੀਂ ਕਰ ਰਹੀ, ਨਾ ਸਾਨੂੰ ਪੂਰਾ ਰੇਟ ਦੇ ਰਹੀ ਆ, ਉਹ ਆਪਣੀ ਮਰਜ਼ੀ ਨਾਲ ਆਪਣੇ ਰੇਟ ਦੇ ਹਿਸਾਬ ਨਾਲ ਸਾਨੂੰ ਦੱਸ ਰਿਹਾ 20 ਤੋਂ 25 ਤੱਕ ਤੁਹਾਨੂੰ ਅਸੀਂ ਦੇਵਾਂਗੇ, ਉਹ ਸਾਨੂੰ ਸਹਿਮਤ ਨਹੀਂ ਹੋਈ ਰੇਟ ਲੈਣ ਵਾਸਤੇ, ਅਸੀਂ ਸਹਿਮਤ ਹੋਈ। ਟੋਟਲ ਸਾਡੀਆਂ 2-2 ਕਿੱਲੇ ਜ਼ਮੀਨਾਂ ਨੇ ਉਹ ਵੀ ਸਿਰਫ ਰਾਹ 'ਚ ਆ ਰਹੀਆਂ। ਅਤੇ ਜਿਹੜੀ ਤੁਹਾਡੀ ਜ਼ਮੀਨ ਰਸਤੇ 'ਚ ਆ ਰਹੀ ਹੈ, ਕੋਈ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਪਹਿਲੋਂ ਗੱਲ ਕੀਤੀ ਹੋਵੇ ਜਾਂ ਕੋਈ ਰੇਟ ਦੀ ਤੁਹਾਡੇ ਨਾਲ ਕੋਈ ਗੱਲ ਕੀਤੀ ਹੋਵੇ? ਸੁਭਾਸ਼ਨ ਪਰ ਅੜੀ ਗੱਲਾਂ ਕਰਦੇ ਨੇ, ਰੇਟ ਦੀ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਵੀ ਰੇਟ ਤੁਹਾਨੂੰ ਕੀ ਦਿੱਤਾ ਜਾਏ। ਕੱਲ੍ਹ DC ਸਾਹਿਬ ਕੋਲ ਵੀ ਅਸੀਂ ਗਏ ਹਾਂ, DC ਸਾਹਿਬ ਨੂੰ ਅਸੀਂ ਬੜੀ ਦਫਾ ਕਿਹਾ ਵੀ ਸਾਨੂੰ ਜਿਹੜੀ ਰੇਟ ਬਾਰੇ ਦੱਸੋ, DC ਸਾਹਿਬ ਨੇ ਸਾਡੇ ਨਾਲ ਰੇਟ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਵੀ ਇਹ ਸਾਨੂੰ ਅਜੇ ਤੱਕ ਰੇਟ ਦਾ ਕੋਈ ਪਤਾ ਨਹੀਂ, ਸਾਨੂੰ ਦੱਸਦੇ ਕੁਛ ਨਹੀਂ ਪਏ ਅਜੇ ਤੱਕ ਰੇਟ ਬਾਰੇ। ਇੱਕ ਦਿੱਲੀ 'ਚ ਅੱਜ ਮੀਟਿੰਗ ਵੀ ਚੱਲਦੀ ਪਈ ਆ ਜਿਹੜੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਕਿਆ ਲੱਗਦਾ ਕਿ ਆਰਥਿਕ ਹੱਲ ਨਿਕਲਣਾ ਚਾਹੀਦਾ ਜੋ ਤੁਹਾਨੂੰ ਕਿਸਾਨਾਂ ਨੂੰ ਜਿਹੜਾ ਆ ਜਿਹੜੇ ਤੁਹਾਡਾ ਉਚਿਤ ਮੁਆਵਜ਼ਾ ਆ ਉਹ ਜਿਹੜਾ ਤੁਹਾਨੂੰ ਦਿੱਤਾ ਮਿਲ ਜਾਵੇ? ਕਿਸਾਨਾਂ ਵਾਸਤੇ ਤਾਂ ਮੋਦੀ ਸਾਹਿਬ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ ਵੀ ਬਾਰਡਰ ਦਾ ਏਰੀਆ ਆ, ਉੱਥੇ ਅੱਗੇ ਬੇਰੁਜ਼ਗਾਰੀ ਬਹੁਤ ਜ਼ਿਆਦਾ, ਸਾਡੇ ਏਰੀਏ 'ਚ ਟੋਟਲ 2-2 ਕਿੱਲੇ ਜ਼ਮੀਨਾਂ ਨੇ। ਮੋਦੀ ਸਾਹਿਬ ਜੇ ਅੱਜ ਨੂੰ ਇਸ ਚੀਜ਼ ਪਿੱਛੇ ਖਿਆਲ ਕਰਦੇ ਤਾਂ ਸਾਡਾ ਰੇਟ ਸਾਨੂੰ ਜਾਇਜ਼ ਮਿਲ ਜਾਣਾ ਚਾਹੀਦਾ ਸੀ। ਮੋਦੀ ਸਾਹਿਬ ਤੋਂ ਇਹ ਸੋਚਣਾ ਚਾਹੀਦਾ ਬਾਰਡਰ ਦਾ ਰਾਹ ਤਾਂ ਅਸੀਂ ਜ਼ਰੂਰ ਖੋਲ੍ਹ ਰਹੇ ਹਾਂ,
ਦੇਖਿਆ ਲੱਗਦਾ ਖਟਾਸ ਆ ਸਕਦੀ ਜਿਹਦੇ ਕਰਕੇ ਜਿਹੜਾ ਰਾਤੀ ਹਮਲਾ ਹੋਇਆ ਵਾ ਜੰਮੂ ਕਸ਼ਮੀਰ ਦੇ ਵਿੱਚ ਕਿਆ ਲੱਗਦਾ ਉਹਦੇ ਨਾਲ ਇਹ ਰਸਤੇ ਦੇ ਵਿੱਚ ਖਟਾਸ ਹੀ ਆ ਸਕਦੀ ਸੀ ਇਹਦੇ ਬਾਰੇ ਤਾਂ ਆ ਸਕਦੀ ਆ ਸਰਕਾਰ ਸੋਚਣਾ ਚਾਹੀਦਾ ਸਰਕਾਰ ਨੂੰ ਕਿ ਅਸੀਂ ਇੱਕ ਰਸਤਾ ਖੋਲ ਰਹੇ ਹਾਂ ਇਹਦੇ ਵਿੱਚ ਕੱਲ੍ਹ ਨੂੰ ਕੀ ਭਾਵਨਾ ਨਿਕਲੇਗੀ ਸਾਡਾ ਇਹ ਰਸਤੇ ਦੇ ਨਾਲ ਨੁਕਸਾਨ ਹੋਏਗਾ ਫਾਇਦਾ ਹੋਏਗਾ ਇਹ ਸਰਕਾਰ ਇਹਦੇ ਬਾਰੇ ਸੋਚਦੀ ਆ ਕੁਛ ਨਹੀਂ ਸੋਚਦੀ ਬਾਪੂ ਜੀ ਤੁਹਾਡਾ ਕੀ ਨਾਮ ਜੀ ਜਗਿੰਦਰ ਜਗਿੰਦਰ ਸਿੰਘ ਤੁਹਾਡੀ ਕਿੰਨੀ ਜ਼ਮੀਨ ਹੈ ਇੱਥੇ ਸਾਡੀ 2 ਕਿੱਲੇ ਆ ਗਈ ਅਤੇ ਕੋਈ ਪੈਸੇ ਦੀ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਕਿ ਨਹੀਂ ਪੈਸੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਵੀ ਕੋਈ ਗੱਲ ਨਹੀਂ ਪੈਸੇ ਅਕਵਾਇਰ ਕਰਨੀ ਸ਼ੁਰੂ ਕਰਤੀ ਜ਼ਮੀਨ ਸਰਕਾਰ ਨੇ ਗਏ ਹੁਣ ਅੱਜ ਕਿਉਂ ਡੱਕੀ ਕਿਉਂ ਤੁਸੀਂ ਸਾਨੂੰ ਕੋਈ ਤੈਅ ਨਹੀਂ ਕੀਤਾ ਕੋਈ ਸਾਡੇ ਨਾਲ ਰੇਟ ਕਿਸੇ ਅਧਿਕਾਰੀ ਨਾਲ ਮਿਲਿਓ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਮਿਲਿਓ ਡੀ ਸੀ ਨਾਲ ਤਹਿਸੀਲਦਾਰ ਕੀ ਆਸ਼ਵਾਸਨ ਦਿੱਤਾ ਵੱਧ ਤੋਂ ਵੱਧ ਦਿਆਂਗੇ ਆਖਿਆ ਨਾ ਕੋਈ ਸੱਤਾ ਨਹੀਂ ਗੱਲ ਲਖਵਿੰਦਰ ਲਖਵਿੰਦਰ ਜੀ ਤੁਸੀਂ ਵੀ ਕਿਸਾਨ ਹੋ ਕਿਸਾਨ ਦੀ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਉਹ ਛੁਪੇ ਨਹੀਂ ਆ ਰੁਕੇ ਨਹੀਂ ਆ ਕਿਸੇ ਪਾਸੇ ਕਿਆ ਲੱਗਦਾ ਕਿ ਜਿਹੜੀ ਜ਼ਮੀਨ ਅਕਵਾਇਰ ਕਰਨੀ ਤੁਹਾਨੂੰ ਮੁਆਵਜ਼ਾ ਜਿਹੜਾ ਆ ਮਿਲਣਾ ਚਾਹੀਦਾ ਤੁਹਾਨੂੰ ਮਹਾਰਾਜ ਪਹਿਲੇ ਨੰਬਰ 'ਤੇ ਆਪਾਂ ਇਸ ਗੱਲ ਦੇ ਖੁਸ਼ ਹਾਂ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਬਾਰੇ ਜਿੱਥੇ ਗੁਰੂ ਨਾਨਕ ਦੇਵ ਨੇ ਖੇਤੀ ਕੀਤੀ ਆ ਉਸੇ ਜਗ੍ਹਾ 'ਤੇ ਰਸਤਾ ਖੁੱਲ੍ਹ ਰਿਹਾ ਦੋਨਾਂ ਸਰਕਾਰਾਂ ਨੂੰ ਅਸੀਂ ਬੜਾ ਧੰਨਵਾਦ ਕਰਦੇ ਹਾਂ ਅਤੇ ਸਿੱਖ ਭਾਵਨਾ ਵੀ ਇਹ ਆ ਕਿ ਜਿਹੜਾ ਰਸਤਾ ਖੁੱਲ੍ਹ ਰਿਹਾ ਵਾ ਬਹੁਤ ਵਧੀਆ ਵਾ ਕਿਸੇ ਨੂੰ ਕੋਈ ਠੋਸ ਦੀ ਗੱਲ ਨਹੀਂ ਮਤਲਬ ਨਾਰਾਜ਼ਗੀ ਦੀ ਗੱਲ ਨਹੀਂ ਹੁਣ ਭਾਵਨਾ ਇਹ ਆ ਇਹ ਬਾਰਡਰ ਏਰੀਆ ਬਾਰਡਰ 'ਤੇ ਅੱਗੇ ਵੀ ਜੰਗ 2-3 ਵਾਰੀ ਲੜੀ ਕਦੀ ਰਾਵੀ ਦਾ ਪਾਣੀ ਆ ਜਾਂਦਾ ਇਹ ਲੋਕ ਬਹੁਤ ਥੱਲੇ ਲੱਗੇ ਨੇ ਅੱਜ ਇਹਨਾਂ ਦੀਆਂ ਜ਼ਮੀਨਾਂ ਜਿਹੜੀ ਖੇਤੀ ਆ ਰਹੀ ਹੈ ਵਿੱਚ 2-2.5 ਕਿੱਲੇ ਇਹਨਾਂ ਦੇ ਕਿਸਾਨਾਂ ਦੀ ਜ਼ਮੀਨ ਆ ਅਤੇ ਗੋਭੀ ਦੀ ਖੇਤੀ ਲੱਗਦੀ ਆ ਅਤੇ ਜੇ ਅੱਜ ਇਹ ਮਤਲਬ ਗਰੀਬ ਅੱਗੇ ਹੀ ਗਰੀਬ ਹੋਏ ਦੇ ਨੇ ਅਤੇ ਜੇ ਹੁਣ ਇਸ ਵਿੱਚ ਰਸਤਾ ਆ ਜਾਵੇ ਇਹਨਾਂ ਨੂੰ ਮੰਗ ਪੂਰੀ ਨਾ ਮਿਲੇ ਤਾਂ ਇਹ ਫਿਰ ਕਿਸੇ ਯੋਗ ਆ ਹੁਣ ਘੱਟੋ ਘੱਟ ਲਾਂਭੇ ਜਿੰਨੀਆਂ ਜ਼ਮੀਨਾਂ ਕੋਈ ਰੋਡ 'ਚ ਆ ਰਹੀਆਂ ਕੋਈ ਕਿਤੇ ਆ ਰਹੀਆਂ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਵੱਧ ਤੋਂ ਵੱਧ ਮਿਲਦਾ ਇੱਥੇ ਕਦੀ 25 ਲੱਖ ਰੁਪਈਆ ਆਉਂਦੇ ਆ ਕਦੀ 12 ਲੱਖ ਰੁਪਈਆ ਆਉਂਦੇ ਆ ਇਹਦੇ ਵਿੱਚ ਇਹਨਾਂ ਨੂੰ ਬਹੁਤ ਘਾਟ ਆ ਘੱਟੋ ਘੱਟ 1 ਕਰੋੜ ਰੁਪਈਏ ਦੇ ਹਿਸਾਬ ਨਾਲ ਜਾਂ ਮਤਲਬ ਜੋ ਉਹਨਾਂ ਦੇ ਹਿਸਾਬ ਨਾਲ ਬਣਦਾ ਇਹਨਾਂ ਨੂੰ ਖਰਚਾ ਜਿਹੜਾ ਦੇਣਾ ਚਾਹੀਦਾ ਜਿਹੜੀ ਨਿਸ਼ਾਨਦਾਹੀ ਉਹ ਸ਼ੁਰੂ ਕਰ ਦਿੱਤੀ ਉਹ ਹੋ ਚੁੱਕੀ ਆ ਜੀ ਨਿਸ਼ਾਨਦਾਹੀ ਵੀ ਅੱਜ ਵੀ ਕਿਸਾਨਾਂ ਨੇ ਇਸ ਕਰਕੇ ਧਰਨੇ 2-3 ਅੱਗੇ ਵੀ ਲਾਏ ਆ ਵੀ ਇਹ ਜਿਹੜਾ ਕੰਮ ਰੁਕੇ ਅਤੇ ਜਿਹੜੇ ਕਿਸਾਨ ਨੇ ਇਹਨਾਂ ਨੂੰ ਕੁਛ ਤੈਅ ਕੀਤਾ ਜਾਏ ਅੱਜ ਤੱਕ ਗੁੰਮਰਾਹ ਹੀ ਕਰ ਰਹੇ ਨੇ ਕੋਈ ਠੋਸ ਇਹਨਾਂ ਨੂੰ ਪੈਸਾ ਨਹੀਂ ਦੱਸ ਰਹੇ ਕਿ ਕਿੱਲੇ ਦੀ ਕੀ ਕੀਮਤ ਦੇਣੀ ਅਤੇ ਜੇ ਅਗਰ ਤੁਹਾਨੂੰ ਉਚਿਤ ਮੁਆਵਜ਼ਾ ਨਹੀਂ ਮਿਲਦਾ ਤਾਂ ਕਿਆ ਇੱਦਾਂ ਹੀ ਪ੍ਰਦਰਸ਼ਨ ਜਾਰੀ ਰਹਿਣਗੇ ਜਾਂ ਜੋ ਹੁਣ ਗਰੀਬ ਬਾਰਡਰ ਦੇ ਤਾਂ ਵੈਸੇ ਹੀ ਇਹ ਲੋਕ ਬੜੇ ਪਛੜੇ ਹੋਏ ਨੇ 47 'ਚ ਵੀ ਜੋ 71 'ਚ ਵੀ ਜੰਗ ਲੱਗੀ ਆ ਸਾਰੇ ਕੰਮ ਅਤੇ ਜੇ ਹੁਣ ਇਹੋ ਤਾਂ ਇਹਨਾਂ ਨੇ ਕਿਰਤ ਕਰਕੇ ਆਪਣੇ ਬੱਚੇ ਵੀ ਪਾਲ ਲੈਣੇ ਆ ਬੱਚਿਆਂ ਨੂੰ ਮਤਲਬ ਗਾਂਹ ਵੀ ਕਰਦੇ ਅਤੇ ਜੇ ਇਹੋ ਭਾਵਨਾ ਰਹੀ ਤਾਂ ਬਾਬਾ ਜੀ ਬਹੁਤ ਹਾਲਾਤ ਸਾਡੇ ਲੋਕਾਂ ਦੇ ਮਾਰੇ ਆ ਅਸੀਂ ਆਹਦੇ ਹਾਂ ਵੀ ਸਰਕਾਰ ਜਿਹੜੀ ਆ ਮੋਦੀ ਸਰਕਾਰ ਵੀ ਆ ਇਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਜੋ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਏ ਤਾਂ ਸਾਡੀ ਕੋਈ ਇਤਰਾਜ਼ ਨਹੀਂ ਉਹਨਾਂ 'ਚ ਸਾਡੇ ਇਤਰਾਜ਼ਗਿਰੀ ਜ਼ਰੂਰ ਆ ਜਿਹਨਾਂ 'ਚ ਸਾਨੂੰ ਪੂਰੀਆਂ ਮੰਗਾਂ ਨਹੀਂ ਮਿਲ ਸਕਦੀਆਂ ਨਹੀਂ ਤਾਂ ਇਸੇ ਤਰ੍ਹਾਂ ਕੰਮ ਡੱਕਿਆ ਰਹੇਗਾ ਅੱਛਾ ਇੱਕ ਹੋਰ ਗੱਲ ਕੱਲ੍ਹ ਜਿਹੜਾ ਅਟੈਕ ਹੋਇਆ ਜੀ ਜਵਾਨਾਂ ਦੇ ਉੱਤੇ 45 ਜਵਾਨ ਜਿਹੜੇ ਨੇ ਹਾਂਜੀ ਸ਼ਹੀਦ ਹੋਏ ਨੇ ਹਾਂਜੀ ਲੱਗਦਾ ਕਿ ਇਸ ਚੀਜ਼ ਦੇ ਵਿੱਚ ਰੋੜਾ ਬਣ ਸਕਦਾ ਹਾਂਜੀ ਬਣ ਸਕਦੇ ਆ ਅੱਜ ਮੈਂ ਇਹ ਗੱਲ ਕਹਿੰਦਾ ਵੀ ਉੱਥੇ ਜੋ ਜੰਮੂ ਦੇ ਵਿੱਚ ਇਹ ਕੰਮ ਹੋਇਆ ਉੱਥੇ ਇੰਨੇ ਨਾਕੇ ਜ਼ਬਰਦਸਤ ਨੇ ਇੰਨੇ ਮਤਲਬ ਸਬਕ ਫਿਰ ਵੀ ਇਹ ਕੰਮ ਹੋ ਗਿਆ ਅਤੇ ਇਹ ਜਦੋਂ ਰਸਤਾ ਇਹ ਖੁੱਲ੍ਹਿਆ ਪਾਕਿਸਤਾਨ ਵਾਲਾ ਤਾਂ ਬਾਬਾ ਜੀ ਅੱਗੇ ਲੋਕ ਪਛੜਿਆ ਅਸੀਂ ਲੋਕ ਕਹਿੰਦੇ ਹਾਂ ਵੀ ਸਾਨੂੰ ਰਸਤਾ ਮਿਲੇ ਅਸੀਂ ਇਸ ਗੱਲੋਂ ਵੀ ਆਉਂਦੇ ਰਸਤਾ ਮਿਲਣਾ ਚਾਹੀਦਾ ਕੋਈ ਗੁਰੂ ਨਾਨਕ ਦੇਵ ਜੀ ਦਾ ਅਤੇ ਜੇ ਇਹੋ ਜਿਹੇ ਮਤਲਬ ਪਾਪ ਚੱਲਦੇ ਰਹੇ ਤਾਂ ਫਿਰ ਬਾਬਾ ਜੀ ਅੱਤਵਾਦੀਆਂ ਵੀ ਪੈ ਸਕਦਾ ਅਤੇ ਕੀ ਪਤਾ ਹੁੰਦਾ ਉਹ ਦੁਸ਼ਮਣ ਕਿਹੜੇ ਵੇਲੇ ਕਿਹੜੀ ਚੜ੍ਹਾਈ ਕਰ ਸਕਦੇ ਰਾਤ ਦਿਨ ਵੀ ਕਰ ਸਕਦੇ ਕੁਛ ਹੋਰ ਕਿਸਾਨ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਭਾਅ ਜੀ ਕੀ ਨਾਮ ਹੈ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਤੁਹਾਡੀ ਕਿੰਨੀ ਹੈ ਜ਼ਮੀਨ ਇੱਥੇ ਸਾਡੀ 3 ਕਿੱਲੇ ਵਿੱਚ ਆ ਰਹੀ ਕੋਰੀਡੋਰ ਅਤੇ ਉੱਚ ਮੁਆਵਜ਼ਾ ਨਹੀਂ ਤੁਹਾਨੂੰ ਦਿੱਤਾ ਜਾ ਰਿਹਾ ਤਾਂ ਕਰਕੇ ਤੁਹਾਡਾ ਵੀ ਜਿਹੜਾ ਆ ਉਹ ਰੋਸ਼ ਜਿਹੜਾ ਸਾਹਮਣੇ ਆ ਰਿਹਾ ਹਾਂਜੀ ਹਾਂਜੀ ਅਤੇ ਕੀ ਤੁਸੀਂ ਕੀ ਐਕਸਪੈਕਟੇਸ਼ਨ ਕਰਦੇ ਹੋ ਜਿਹੜਾ ਜਿਹੜੀ ਕਿੰਨੇ ਕੁ ਪੈਸੇ ਦੀ ਸੋਚਦੇ ਹੋ ਕਿ ਇੰਨੇ ਕੁ ਪੈਸੇ ਮਿਲ ਜਾਣ ਅਤੇ ਸਾਡਾ ਜਿਹੜਾ ਕਿ ਸਾਨੂੰ ਉਚਿਤ ਮੁਆਵਜ਼ਾ ਮਿਲ ਸਕਦਾ ਹੈ ਦੇਖੋ ਜੀ ਅਸੀਂ ਇੱਥੇ 80 ਲੱਖ ਨਾਲ ਵੀ 70 ਲੱਖ ਨਾਲ ਵੀ ਰਜਿਸਟਰੀਆਂ ਹੋਈਆਂ ਨੇ ਇੱਥੇ ਅਸੀਂ ਤਾਂ ਇਹੋ 'ਚ ਕਹਿੰਦੇ ਹਾਂ ਵੀ ਜੋ ਸਾਡੀਆਂ ਰਜਿਸਟਰੀਆਂ ਹੋਈਆਂ ਉਸੇ ਹਿਸਾਬ ਨਾਲ ਹੀ ਸਾਨੂੰ ਮੁਆਵਜ਼ਾ ਮਿਲ ਜੇ ਅਸੀਂ ਜ਼ਿਆਦਾ ਅਸੀਂ ਚਾਹੁੰਦੇ ਹੀ ਨਹੀਂ ਜੋ ਸਰਕਾਰਾਂ ਦੇ 3-3 ਗੁਣਾ ਦਿੰਦੀਆਂ ਨੇ ਅਸੀਂ ਕਹਿੰਦੇ ਹਾਂ ਵੀ ਉਹਦੇ ਹਿਸਾਬ ਨਾਲ ਹੀ ਸਾਨੂੰ ਜੋ ਕੁਝ ਬਣਦਾ ਸਾਡਾ ਮੁਆਵਜ਼ਾ ਦਿੱਤਾ ਜਾਏ ਸਾਨੂੰ
ਤੇ ਇੱਕ ਜਿਹੜਾ ਰਾਤੀ ਜਿਹੜਾ ਅਟੈਕ ਹੋਇਆ ਉਹਨੂੰ ਲੱਗਦਾ ਕਿ ਉਹ ਵੀ ਕੁਛ ਖੱਲੜ ਪਾ ਸਕਦਾ ਕੋਰੀਡੋਰ ਨੂੰ ਲੈ ਕੇ? ਖੱਲੜ ਤਾਂ ਵੇਖੋ ਜੀ, ਮੋਦੀ ਸਾਹਿਬ ਅੱਜ ਵੀ ਬੜੇ ਗੁੱਸੇ ਵਿੱਚ ਨੇ ਹਿਸਾਬ ਨਾਲ, ਉਹ ਤਾਂ ਅਸੀਂ ਵੀ ਸਾਰਿਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਮਤਲਬ ਸਾਡੇ ਵੀ ਭਰਾ ਨੇ, ਸਾਰੇ ਘਰਾਂ 'ਚੋਂ ਸਾਡਿਆਂ 'ਚੋਂ ਹੀ ਗਏ ਨੇ ਫੌਜੀ, ਅਤੇ ਬਹੁਤ ਮੰਦਭਾਗੀ ਘਟਨਾ ਉਹ, ਅਤੇ ਉਹਦੇ ਨਾਲ ਫਰਕ ਪੈ ਸਕਦਾ। ਤੁਹਾਡੀ ਕੋਈ ਅਧਿਕਾਰੀਆਂ ਨਾਲ ਗੱਲਬਾਤ ਹੋਈ ਮੁਆਵਜ਼ੇ ਲੈ ਕੇ ਜਾਂ ਕੋਈ ਡੀਸੀ ਨਾਲ ਹੋਈ ਜਾਵੇ ਜਾਂ ਤਹਿਸੀਲ ਲੈ ਕੇ? ਅਧਿਕਾਰੀਆਂ ਨਾਲ ਜੀ, ਅਸੀਂ ਤਾਂ ਦੂਜੇ ਤੀਜੇ ਦਿਨ ਗੇੜੇ ਕੱਟਣ ਡੇ ਉਹਨਾਂ ਦੇ। ਕੱਲ੍ਹ ਅਸੀਂ ਗੁਰਦਾਸਪੁਰ ਗਏ ਸੀਗੇ, ਘੱਟੋ ਘੱਟ ਅਸੀਂ 70-80 ਬੰਦੇ ਗਏ ਹਾਂ ਜੀ। ਅਸੀਂ ਘੱਟੋ ਘੱਟ 10,000 ਦਾ ਤੇਲ ਫੂਕ ਕੇ ਗਏ ਹਾਂ, 10 ਗੱਡੀਆਂ ਲੈ ਕੇ ਗਏ ਹਾਂ, ਪਰ ਸਾਡੀ ਉਹਨਾਂ ਨੇ ਕੋਈ ਠੋਸ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਮੁਆਵਜ਼ੇ ਦੀ। ਮੁਆਵਜ਼ੇ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ। ਮੇਨ ਤਾਂ ਸਾਡੀ ਇਹੋ ਹੀ ਆ ਮੰਗ ਕਿ ਮੁਆਵਜ਼ਾ ਸਾਨੂੰ ਜਿਹੜਾ ਮਿਲਣਾ ਚਾਹੀਦਾ। ਅੱਜ ਇੱਕ ਮੀਟਿੰਗ ਵੀ ਚੱਲਦੀ ਪਈ ਦਿੱਲੀ ਵਿੱਚ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਕਿਆ ਲੱਗਦਾ ਕਿ ਕੋਈ ਵਧੀਆ ਰਿਸਪੋਂਸ ਆਉਣਾ ਚਾਹੀਦਾ ਤਾਂ ਜੋ ਕਿਸਾਨ ਜਿਹੜਾ ਹਮੇਸ਼ਾ ਹੀ ਖੁਦਕੁਸ਼ੀ ਲਈ ਜਾਣਾ ਜਾਂਦਾ, ਤੁਹਾਡੇ ਲਈ ਕੋਈ ਚੰਗਾ ਸੁਨੇਹਾ ਲੈ ਕੇ ਆਵੇ? ਵੇਖੋ ਜੀ, ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਲਈ ਕੋਈ ਚੰਗਾ ਸੁਨੇਹਾ, ਕਿਉਂਕਿ ਕਿਸਾਨ ਤਾਂ ਹੁਣ ਦਿਨੋ ਦਿਨ ਥੱਲੇ ਜਾ ਰਿਹਾ, ਅਤੇ ਸਾਡੀਆਂ ਤਾਂ ਜ਼ਮੀਨਾਂ ਹੁਣ 2-2 3-3 ਕਿੱਲੇ ਦੇ ਵਾਲੇ ਜ਼ਮੀਨ ਨੇ ਜਿਹੜੇ, ਉਹ ਵੀ ਸਾਰੀਆਂ ਖੋਹੀਆਂ ਗਈਆਂ, ਕੁਝ ਕੋਰੀਡੋਰ 'ਚ ਆ ਜਾਣੀਆਂ ਨੇ, ਕੁਝ ਇਹਦੇ ਵਿੱਚ ਰਿਕਵਾਇਰ ਹੋ ਜਾਣੀਆਂ ਨੇ। ਮਤਲਬ 150-200 ਕਿੱਲਾ ਤਾਂ ਰਿਕਵਾਇਰ ਕਰ ਰਹੇ ਆ, ਅਤੇ ਜੇ ਸਾਡੀਆਂ ਜ਼ਮੀਨਾਂ ਸਾਰੀਆਂ ਖੁੱਸ ਗਈਆਂ ਤਾਂ ਸਾਡੇ ਅਸੀਂ ਬੱਚੇ ਗਾੜੀਆਂ ਕਿੱਥੋਂ ਪਾਲਣੇ ਆ? ਹਾਂਜੀ ਸਰ, ਸੁਰਜੀਤ ਸਿੰਘ। ਸੁਰਜੀਤ ਸਿੰਘ ਜੀ, ਤੁਹਾਡੀ ਕਿੰਨੀ ਜ਼ਮੀਨ ਆ? ਸਾਡੀ ਜ਼ਮੀਨ ਉੱਥੇ 5 ਕਿੱਲੇ ਆ। ਅੱਛਾ ਜੀ, ਅਤੇ 5 ਅਸੀਂ ਭਰਾ ਆ, ਅਤੇ ਉਹ ਰਿਕਵਾਇਰ ਹੋਣ ਦੇ ਵਿੱਚ ਆਉਣੀ ਆ, ਆਈ ਨਹੀਂ ਆ ਜਾਏਗੀ ਆਪਣੀ ਜਿੰਨਾ ਵਿੱਚ। ਅਤੇ ਕਿਆ ਤੁਸੀਂ ਕੀ ਸਮਝਦੇ ਹੋ ਕਿ ਤੁਹਾਨੂੰ ਜਿਹੜਾ ਉਚਿਤ ਮੁਆਵਜ਼ਾ ਦਿੱਤਾ ਜਾ ਰਿਹਾ ਕਿ? ਦੇਖੋ ਜੀ, ਸਾਰੇ ਵੇਲੇ ਦੌੜ 'ਤੇ ਹੋਈ ਆ, ਜੇ ਕੱਲ੍ਹ ਸਾਡੀ ਸਭ ਗਏ ਹਾਂ, ਉਹਨੇ ਸਾਨੂੰ ਪੜ੍ਹਾ ਲਿਆ ਪਾਠ, ਪਹਿਲਾਂ ਤੁਸੀਂ ਅੰਮ੍ਰਿਤਸਰ ਜਾਣਾ, ਫਿਰ ਤੁਸੀਂ ਦਿੱਲੀ ਜਾਣਾ, ਫਿਰ ਤੁਸੀਂ ਬੰਬੇ ਜਾਣਾ, ਤੁਹਾਨੂੰ 3 ਸਟੇਟ ਕਰਨੇ ਪੈਣੇ ਆ। ਇਹੋ ਜਿਹੀਆਂ ਗੱਲਾਂ ਨਾਲ ਪੈਸੇ ਤੋਂ ਲੱਗਦੇ, ਅਤੇ ਕਿਸਾਨਾਂ ਨੂੰ ਕਿਆ ਲੱਗਦਾ ਜਾਣ ਕੇ ਖੱਜਲ ਖਰਾਬ ਕੀਤਾ ਜਾ ਰਿਹਾ? ਇਹ ਜੀ ਸਰਕਾਰਾਂ ਮਿਲੀ ਭਗਤ ਨੇ ਇਹ ਬਿਲਕੁਲ ਖਰਾਬ ਕਰ ਰਹੇ। ਅਤੇ ਤੁਹਾਡੇ ਸਾਰਾ ਪਰਿਵਾਰ ਜਿਹੜਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 5 ਦੇ 5 ਪਰਿਵਾਰ ਤੁਸੀਂ ਕਿਸਾਨੀ ਨੂੰ, ਕਿਆ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ ਇੱਕ ਬੰਨੇ ਕਿਸਾਨ ਦੀ ਖੁਦਕੁਸ਼ੀ ਵਾਸਤੇ, ਜਿਹੜਾ ਆ ਜਿਹੜੇ ਸਰਕਾਰਾਂ ਨੇ ਉਹ ਅੱਗੇ ਵੱਧ ਕੇ ਆਉਂਦੀਆਂ ਨੇ ਕਿ ਜੀ ਕਿਸਾਨ ਦੀ ਖੁਦਕੁਸ਼ੀ ਰੋਕਣੀ ਚਾਹੀਦੀ, ਕਿਆ ਲੱਗਦਾ ਨਹੀਂ ਇਹ 'ਚ? ਕੋਈ ਸਰਕਾਰ ਦਾ ਰੋਲ ਨਹੀਂ ਲੱਗਦਾ ਵੀ ਇਹ ਰੋਕੇਗੀ। ਹੁਣ ਤੁਸੀਂ ਦੂਰ ਨਾ ਜਾਓ, ਅੱਜ ਲਾਗੇ ਪਿੰਡ ਆ, ਉਹ ਇੱਕ ਬੰਦੇ 2.5 ਕਿੱਲੇ ਪਿੰਡ ਢਾਈ ਵਿੱਚ ਆ ਗਈ, ਉੱਧਰ ਦਾ ਉਹ ਅਟੈਕ ਹੋ ਕੇ ਬਚਦੇ ਪਿਆ ਜੌੜੀਆਂ 'ਚ। ਹੁਣ ਤੁਸੀਂ ਕੀ ਡਿਮਾਂਡ ਕੀਤੀ? ਅਸੀਂ ਤਾਂ ਕਹਿੰਦੇ ਵੀ ਸਾਨੂੰ ਵੱਧ ਤੋਂ ਵੱਧ ਜਿੰਨਾ ਮਿਲੇ, ਅਤੇ ਕੋਈ ਗੱਲ ਨਹੀਂ, ਅਸੀਂ ਰਾਹ ਡੱਕਦੇ ਕੋਈ ਨਹੀਂ, ਰਾਹ ਬਾਬੇ ਨਾਨਕ ਦਾ। ਅਤੇ ਨਿਸ਼ਾਨਦੇਹੀ ਹੋਣੀ ਸ਼ੁਰੂ ਹੋ ਗਈ? ਉਹ ਹੋ ਗਈ, ਉਹ ਪਿੱਲਰ ਵੀ ਕੱਟ ਗਿਆ। ਇਹ ਸਨ ਡੇਰਾ ਬਾਬਾ ਨਾਨਕ ਦੇ ਕਿਸਾਨ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਨਿਸ਼ਾਨਦੇਹੀ ਆ ਉਹ ਜਿਹੜੀ ਆ ਸ਼ੁਰੂ ਹੋ ਗਈ ਆ, ਲੇਕਿਨ ਉਹਨਾਂ ਦਾ ਜਿਹੜਾ ਰੋਸ਼ ਆ ਉਹ ਇਸੇ ਕਰਕੇ ਆ ਕਿ ਉਹਨਾਂ ਨੂੰ ਜਿਹੜਾ ਉਚਿਤ ਮੁਆਵਜ਼ਾ ਜਿਹੜਾ ਆ ਉਹ ਨਹੀਂ ਮਿਲ ਪਾ ਰਿਹਾ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਟੈਰਿਸ ਅਟੈਕ ਹੋਇਆ, ਉਹਨਾਂ ਦੇ ਮਨ ਦੇ ਵਿੱਚ ਵੀ ਉਸ ਚੀਜ਼ ਦਾ ਰੋਸ਼ ਹੈ, ਲੇਕਿਨ ਜੇਕਰ ਇਹ ਰੋਡ ਬੰਦ ਆ, ਕਿਆ ਲੱਗਦਾ ਕਿ ਜਿਹੜੇ ਟੈਰਿਸ ਅਟੈਕ ਜਿਹੜਾ ਆ ਕੀ ਉਹ ਰੋਕ ਸਕਣਗੇ? ਉਹਨਾਂ ਨੇ ਸਰਕਾਰ ਅੱਗੇ ਇਹੀ ਡਿਮਾਂਡ ਕੀਤੀ ਹੈ ਕਿ ਜਿਹੜੇ ਉਹਨਾਂ ਦੇ ਉਚਿਤ ਮੁਆਵਜ਼ਾ ਵਾ ਉਹ ਦਿੱਤਾ ਜਾਵੇ, ਤਾਂ ਜੋ ਕਿਸਾਨ ਜਿਹੜਾ ਖੁਦਕੁਸ਼ੀ ਲਈ ਜਾਣਿਆ ਜਾਂਦਾ ਹੈ ਉਹਦੇ ਲਈ ਕੁਛ ਨਾ ਕੁਛ ਉਹ ਵਧੀਆ ਕਰ ਸਕਣ। ਕੈਮਰਾਮੈਨ ਮੁਕੇਸ਼ ਬਾਵਾ ਦੇ ਨਾਲ ਗੁਰਪ੍ਰੀਤ ਸਿੰਘ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।